ਜਿੱਥੇ ਕਦਰ ਨਹੀਂ ਉੱਥੇ ਜਾਣਾ ਨਹੀਂ ਜਿਹੜਾ ਸੁਣਦਾ ਨਹੀਂ ਉਸਨੂੰ ਸਮਝਾਉਣਾ ਨਹੀਂ ਜੋ ਪਚਦਾ ਨਹੀਂ ਉਸਨੂੰ ਖਾਣਾ ਨਹੀਂ ਜਿਹੜਾ ਸੱਚ ਤੇ ਵੀ ਰੁੱਸੇ ਉਸਨੂੰ ਮਨਾਉਣਾ ਨਹੀਂ ਜਿਹੜਾ ਨਜ਼ਰਾਂ ਤੋਂ ਗਿਰ ਜਾਵੇ ਉਸਨੂੰ ਉਠਾਉਣਾ ਨਹੀਂ ਜਿਹੜਾ ਇੱਕ ਵਾਰ ਤੋਂ ਜ਼ਿਆਦਾ ਧੋਖਾ ਦੇਵੇ ਉਸਤੇ ਕਦੇ ਵਿਸ਼ਵਾਸ ਕਰਨਾ ਨਹੀਂ ਜੀਵਨ ਵਿੱਚ ਜੇ ਤਕਲੀਫ ਆਵੇ ਤਾਂ ਘਬਰਾਉਣਾ ਨਹੀਂ ਜਿਹੜਾ ਇਨਸਾਨ ਮੌਸਮ ਦੀ ਤਰ੍ਹਾਂ ਬਦਲੇ ਉਸਨੂੰ ਦੋਸਤ ਬਣਾਉਣਾ ਨਹੀਂ ਕੱਚੇ ਮਕਾਨ ਦੇਖ ਕੇ ਕਿਸੇ ਤੋਂ ਰਿਸ਼ਤਾ ਨਾ ਤੋੜੋ ਕਿਉਂਕਿ ਮਿੱਟੀ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ ਜਦਕਿ ਸੰਗਮਰਮਰ ਤੇ ਅਕਸਰ ਫਿਸਲ ਜਾਂਦੇ ਹਨ ਇਹਨਾਂ ਸੱਤ ਗੱਲਾਂ ਦੀ ਸ਼ਿਕਾਇਤ ਕਦੇ ਨਾ ਕਰਿਓ ਨੰਬਰ 1 ਆਪਣੀ ਕਿਸਮਤ ਦੀ ਨੰਬਰ 2 ਔਲਾਦ ਦੇ ਸਾਹਮਣੇ ਵੱਡਿਆਂ ਦੀ ਨੰਬਰ 3 ਆਪਣਾ ਖੁਦ ਦਾ ਮਕਾਨ ਹੁੰਦੇ ਹੋਏ ਉਸ ਦੀ ਹਾਲਤ ਦੀ ਨੰਬਰ 4 ਆਪਣੇ ਮਾਪੇ ਅਤੇ ਗੁਰੂ ਦੀ ਨੰਬਰ 5 ਪਤਨੀ ਦੇ ਸਾਹਮਣੇ ਉਸ ਦੇ ਘਰ ਵਾਲਿਆਂ ਦੀ ਨੰਬਰ 11 ਦੇ ਸਾਹਮਣੇ ਆਪਣਿਆਂ ਦੀ ਨੰਬਰ 7 ਵਿਦਾ ਹੋਣ ਤੋਂ ਬਾਅਦ ਆਪਣੇ ਮਹਿਮਾਨਾਂ ਦੀ ਸ਼ਿਕਾਇਤ ਕਿਸੇ ਨੂੰ ਨਾ ਕਰਨਾ ਹਮੇਸ਼ਾ ਯਾਦ ਰੱਖੋ ਇਹ ਸਾਡਾ ਵਹਿਮ ਹੈ ਕਿ ਜੇ ਸਾਡੇ ਸਾਰੇ ਦੁੱਖ ਦੂਰ ਹੋ ਜਾਣ ਤਾਂ ਸਾਡਾ ਦਿਲ ਮਨ ਖੁਸ਼ ਰਹੇਗਾ ਜਦ ਕਿ ਸੱਚ ਗੱਲ ਤਾਂ ਇਹ ਹੈ ਕਿ ਤੁਸੀਂ ਆਪਣੇ ਮਨ ਨੂੰ ਖੁਸ਼ ਰੱਖੋ ਦੁੱਖ ਤਾਂ ਆਪਣੇ ਆਪ ਹੀ ਦੂਰ ਹੋ ਜਾਣਗੇ ਜੀਵਨ ਵਕਤ ਦੇ ਅਹਲਾਤ ਵਿੱਚ ਆਉਣ ਵਾਲੇ ਬਦਲਾਅ ਤੋਂ ਕਦੇ ਵੀ ਨਾ ਡਰਿਓ ਕਿਉਂਕਿ ਬਦਲਾਅ ਪ੍ਰਕਿਰਤੀ ਦਾ ਨਿਯਮ ਹੈ ਹਰ ਬਦਲਾਅ ਆਰੰਭ ਵਿੱਚ ਮੁਸ਼ਕਲ ਅੱਧ ਵਿੱਚ ਅਸਹਿਣਯੋਗ ਅਤੇ ਅੰਤ ਵਿੱਚ ਸ਼ਾਨਦਾਰ ਹੁੰਦਾ ਹੈ ਜੇ ਰਸਤਾ ਖੂਬਸੂਰਤ ਹੋਵੇ ਤਾਂ ਪਤਾ ਜਰੂਰ ਕਰਿਓ ਕਿ ਕਿਸ ਮੰਜ਼ਲ ਨੂੰ ਜਾਂਦਾ ਹੈ ਪਰ ਜੇ ਮੰਜ਼ਲ ਖੂਬਸੂਰਤ ਹੋਵੇ ਤਾਂ ਰਸਤੇ ਦੀ ਪਰਵਾਹ ਕਦੇ ਨਾ ਕਰਿਓ ਹਮੇਸ਼ਾ ਖੁਸ਼ ਰਹੋ ਅਤੇ ਮੁਸਕਰਾਉਂਦੇ ਰਹੋ ਕਦੇ ਆਪਣੇ ਲਈ ਅਤੇ ਕਦੇ ਕਦੇ ਆਪਣੇ ਲਈ ਅਤੇ ਕਦੇ ਆਪਣੇ ਲਈ ਦੋਸਤੋ ਇਹ ਸਨ ਅੱਜ ਦੇ ਵਿਚਾਰ ਕੋਸ਼ਿਸ਼ ਰਹੋ ਮਸਕਰਾਂਦੇ ਰਹੋ ਅਤੇ ਜੀਵਨ ਵਿੱਚ ਅੱਗੇ ਵਧਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਦਾ ਧੰਨਵਾਦ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ